प्यारे बच्चों आज ਕਰਨ ਜਾ ਰਹੇ ਹਾਂ ਨੈਸ ਅਭਿਆਸ 31 ਜਮਾਤ 5ਵੀਂ ਵਿਸ਼ਾ ਵਾਤਾਵਰਣ ਸਿੱਖਿਆ ਆਉ ਦੇਖਦੇ ਹਾਂ ਅੱਜ ਦਾ ਪਹਿਲਾ ਪ੍ਰਸ਼ਨ ਪ੍ਰਸ਼ਨ ਨੰਬਰ 1 ਹੈ ਜੀ ਜੰਤੂਆਂ ਦਾ ਉਹਨਾਂ ਦੇ ਭੋਜਨ ਦੀਆਂ ਕਿਸਮਾਂ ਦੇ ਆਧਾਰ ਤੇ ਸ਼ਾਕਾਹਾਰੀ ਮਾਸਾਹਾਰੀ ਅਤੇ ਸਰਵ ਆਹਾਰੀ ਵਜੋਂ ਵਰਗੀਕਰਨ ਕੀਤਾ ਜਾਂਦਾ ਹੈ ਇਸ ਵਰਗੀਕਰਨ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ অপশন ਹਨ ਬਾਗ ਸਰਵ ਆਹਾਰੀ ਜੰਤੂ ਹੈ ਗਾਂ ਮਾਸਾਹਾਰੀ ਜੰਤੂ ਹੈ ਹਿਰਨ ਸ਼ਾਕਾਹਾਰੀ ਜੰਤੂ ਹੈ ਉਪਰੋਕਤ ਸਾਰੇ ਕਥਨ ਸਹੀ ਹਨ ਬੱਚਿਓ ਇਹਦੇ ਵਿੱਚ ਜੋ ਸਹੀ অপਸ਼ਨ ਹੈ ਉਹ ਹੈ ਜੀ ਹਿਰਨ ਸ਼ਾਕਾਹਾਰੀ ਜੰਤੂ ਹੈ ਸੋ ਅਸੀਂ অপਸ਼ਨ ਈ ਡੀ ਨੂੰ ਸਰਕਲ ਕਰ ਦਵਾਂਗੇ ਪ੍ਰਸ਼ਨ ਨੰਬਰ 2 ਪੰਚਾਇਤ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਹੈ অপশন ਹਨ ਸਰਪੰਚ ਪੰਚ ਮੈਂਬਰ ਜਾਂ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਬਿਲਕੁਲ ਸਹੀ ਬੱਚਿਓ ਪੰਚਾਇਤ ਦੇ ਮੁਖੀ ਨੂੰ ਸਰਪੰਚ ਕਿਹਾ ਜਾਂਦਾ ਹੈ ਸੋ ਸਾਡੀ ਸਹੀ ਆਪਸ਼ਨ ਹੋਏਗੀ ਊੜਾ ਊੜਾ ਨੂੰ ਅਸੀਂ ਕੀ ਕਰ ਦੇਣਾ ਹੈ ਸਰਕਲ ਪ੍ਰਸ਼ਨ ਨੰਬਰ 3 ਪਿੰਡ ਪੱਦਰ ਉੱਤੇ ਛੋਟੇ ਮੋਟੇ ਝਗੜਿਆਂ ਦੇ ਨਿਪਟਾਰੇ ਲਈ ਸਭ ਤੋਂ ਪਹਿਲਾਂ ਕਿੱਥੇ ਜਾਣਾ ਚਾਹੀਦਾ ਹੈ ਆਪਸ਼ਨ ਹਨ ਬੱਚਿਓ ਪੰਚਾਇਤ ਕੋਲ ਸਹਿਕਾਰੀ ਸਭਾ ਵਿੱਚ ਡਾਕਖਾਨੇ ਵਿੱਚ ਜਾਂ ਹਸਪਤਾਲ ਵਿੱਚ ਬੱਚਿਓ ਸਹੀ ਆਪਸ਼ਨ ਆ ਪੰਚਾਇਤ ਕੋਲ ਸੋ ਅਸੀਂ ਆਪਸ਼ਨ ਉਡਾ ਨੂੰ ਸਰਕਲ ਕਰ ਦੇਵਾਂਗੇ ਪ੍ਰਸ਼ਨ ਨੰਬਰ 4 ਮਾਰੂਥਲੀ ਖੇਤਰਾ ਵਿੱਚ ਆਮ ਤੌਰ ਤੇ ਪਾਣੀ ਆਪਸ਼ਨ ਹਨ ਦੀ ਪ੍ਰਾਪਤੀ ਸੰਬੰਧੀ ਕੋਈ ਸਮੱਸਿਆ ਨਹੀਂ ਹੁੰਦੀ ਪਾਣੀ ਦੇ ਸੋਮੇ ਦੂਰ ਦੂਰ ਹੁੰਦੇ ਹਨ ਬਰਖਾ ਦੇ ਦਿਨਾਂ ਵਿੱਚ ਪਾਣੀ ਖੂ ਸੌਰੀ ਬਰਖਾ ਦੇ ਦਿਨਾਂ ਵਿੱਚ ਖੂਬ ਮੀਂਹ ਪੈਂਦਾ ਹੈ ਉਪਰੋਕਤ ਸਾਰੇ ਕਥਨ ਸਹੀ ਹਨ ਬੱਚਿਓ ਮਾਰੂਥਲ ਖੇਤਰਾ ਵਿੱਚ ਆਮ ਤੌਰ ਤੇ ਪਾਣੀ ਦੇ ਸੋਮੇ ਦੂਰ ਦੂਰ ਹੁੰਦੇ ਹਨ ਸੋ ਸਾਡਾ ਰਾਈਟ ਆਨਸਰ ਹੋਏਗਾ ਆਪਸ਼ਨ ਐਡਾ ਐਡਾ ਨੂੰ ਸੀ ਸਰਕਲ ਕਰ ਦਿੱਤਾ ਪ੍ਰਸ਼ਨ ਨੰਬਰ 5 ਸ਼ਹਿਰਾਂ ਤੋਂ ਦੂਰ ਦਰਾਡੇ ਕਠਨ ਖੇਤਰਾਂ ਵਿੱਚ ਰੁਜ਼ਗਾਰ ਸੰਬੰਧੀ ਕਿਹੜਾ ਕਥਨ ਸਹੀ ਹੈ ਆਪਸ਼ਨ ਆ ਇਨ੍ਹਾਂ ਸਥਾਨਾਂ ਤੇ ਰੁਜ਼ਗਾਰ ਦੇ ਮੌਕੇ ਘੱਟ ਹੁੰਦੇ ਹਨ ਐਡਾ ਇਨ੍ਹਾਂ ਸਥਾਨਾਂ ਤੇ ਰੁਜ਼ਗਾਰ ਦੇ ਮੌਕੇ ਵੱਧ ਹੁੰਦੇ ਹਨ ਇਹ ਈਨਾਂ ਸਥਾਨਾਂ ਤੇ ਮਜ਼ਦੂਰੀ ਬਹੁਤ ਮਿਲਦੀ ਹੈ। ਉਪਰੋਕਤ ਵਿੱਚੋਂ ਕੋਈ ਕਥਨ ਸਹੀ ਨਹੀਂ ਹੈ। ਬੱਚਿਓ ਸ਼ਹਿਰ ਤੋਂ ਦੂਰ ਦਰਾਡੇ ਖੇਤਾਂ ਵਿੱਚ ਜਿਹੜਾ ਰੁਜ਼ਗਾਰ ਸੰ ਰੁਜ਼ਗਾਰ ਸੰਬੰਧੀ ਸਹੀ ਕਥਨ ਹੈ ਉਹ ਹੈ ਜੀ ਇਹਨਾਂ ਸਥਾਨਾਂ ਤੇ ਰੁਜ਼ਗਾਰ ਦੇ ਮੌਕੇ ਘੱਟ ਹੁੰਦੇ ਹਨ। ਸੋ ਅਸੀਂ ਆਪਸ਼ਨ ੳ ਨੂੰ ਸਰਕਲ ਕਰ ਦਵਾਂ। ਬੱਚਿਓ ਇਹ ਸੀ ਤੁਹਾਡੀ ਅੱਜ ਕਲਾਸ 5ਵੀਂ ਦੀ ਵਾਤਾਵਰਣ ਸਿੱਖਿਆ ਦੀ ਅਭਿਆਸੀਟ। ਆਸ ਕਰਦਾ ਹਾਂ ਕਿ ਤੁਸੀਂ ਇਸ ਨੂੰ ਘਰ ਜਾ ਕੇ ਵੀ ਰਿਵਾਈਜ਼ ਕਰੋਗੇ ਤੇ ਇਸ ਵਿੱਚੋਂ ਕੁਝ ਨਾ ਕੋਈ ਜ਼ਰੂਰ ਸਿੱਖੋਗੇ। ਥੈਂਕ ਯੂ ਬੇਟਾ।